ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਤੁਹਾਡੀ ਸਾਰਿਆਂ ਦੀ ਬਹੁਤ ਡਿਮਾਂਡ ਆ ਰਹੀ ਸੀ ਯਾਰ ਕਾਕੜ ਨਿਊ ਹੋਲੈਂਡ 36-30 ਲੈ ਕੇ ਆਉਂਦੇ ਤੇ ਮੋਡੀਫਾਈਡ ਕਲੱਬ ਨੂੰ ਜੋ ਕਿਹਾ ਜਾਂਦਾ ਜੋ ਸਾਡੇ ਦੋਸਤ ਸਾਡੀ ਫੈਮਿਲੀ ਮੈਂਬਰ ਸਾਨੂੰ ਕਹਿਣਗੇ ਅਸੀਂ ਉਹ ਕੰਮ ਕਰਾਂਗੇ ਤੇ ਸਾਡੇ ਲਈ ਤੁਹਾਡੇ ਲਈ ਆਇਆ ਹੁਣ ਨਿਊ ਹੋਲੈਂਡ 36-30 ਕਾਕੜ ਵਾਲਾ ਥੋੜਾ ਜਿਹਾ ਵੀਰ ਨੂੰ ਬੋਲਣਾ ਇਹੀ ਡਿਮਾਂਡ ਸੀ ਨਾ ਸਾਰਿਆਂ ਦੀ ਤੇ ਆ ਗਿਆ ਯਾਰ ਕਿਉਂਕਿ ਭਰਾ ਹਰਾਂ ਨੇ ਸਾਨੂੰ ਬਹੁਤ ਦੇਰ ਪਹਿਲਾਂ ਅਪਰੋਚ ਕੀਤਾ ਸੀਗਾ ਤੇ ਬਹੁਤ ਦੇਰ ਪਹਿਲਾਂ ਸਾਡੀ ਗੱਲਬਾਤ ਹੋ ਰਹੀ ਸੀ ਪਰ ਆਪਾਂ ਆਉਣ ਨੂੰ ਲੇਟ ਹੋ ਗਏ ਥੋੜ੍ਹਾ ਜਿਹਾ ਤੇ ਗੁਸਾਕੀ ਮਾਫ ਟਰੈਕਟਰ ਅੱਜ ਥੋੜ੍ਹੀ ਜਿਹੀ ਡਿਲੇ ਕੀਤਾ ਗਿਆ ਤੇ ਡਿਟੇਲ ਸਾਰੀ ਦੱਸਾਂਗੇ ਪੂਰੀ ਇੱਕ ਇੱਕ ਚੀਜ਼ ਬਾਰੇ ਦੱਸਾਂਗੇ ਕਿੰਨੇ ਪੈਸੇ ਲੱਗੇ ਕਿਹੜੀ ਚੀਜ਼ ਤੇ ਪੂਰੀ ਡਿਟੇਲ ਦੱਸੀ ਜਾਏਗੀ ਤੇ ਪੰਜਾਬ ਦਾ ਕੋਈ ਮਸ਼ਹੂਰ ਟਰੈਕਟਰ ਜਾਂ ਮਸ਼ਹੂਰ ਗੱਡੀ ਹੈ ਨਾ ਤਾਂ ਮੋਡੀਫਾਈਡ ਕਲੱਬ ਤੇ ਕੋਸ਼ਿਸ਼ ਕਰਾਂਗੇ ਜ਼ਰੂਰ ਲੈ ਕੇ ਆਈਏ ਤੇ ਭਰਾ ਹਰਾਂ ਨੇ ਤਾਂ ਪੂਰੀ ਗਾਹ ਪਾਈ ਸੀ ਇੰਸਟਾਗ੍ਰਾਮ ਤੇ ਸਾਰਿਆਂ ਨੇ ਦੇਖਿਆ ਤੇ ਸਾਰਿਆਂ ਨੇ ਡਿਮਾਂਡ ਕੀਤੀ ਸਭ ਤੋਂ ਪਹਿਲੇ ਵੀਰੇ ਆਪਣੇ ਨਾਮ ਦੱਸੋ ਜੀ ਸਾਡੇ ਸਤਿ ਸ਼੍ਰੀ ਅਕਾਲ ਵੀਰੇ ਤੁਹਾਡਾ ਜੀ ਆਇਆਂ ਨੇ ਸਾਡੇ ਕੋਲ ਥੈਂਕ ਯੂ ਜੀ ਥੈਂਕ ਯੂ ਸੋ ਮਚ ਆਪਣਾ ਨਾਮ ਵੀਰੇ ਮੋਹਨਦੀਪ ਸਿੰਘ ਦਿਓਲ ਆ ਮੇਰਾ ਨਾਮ ਗੁਰੀ ਜਵੰਦਾ ਜੀ ਤੇ ਯਾਰ ਟਰੈਕਟਰ ਭਾਜੀ ਪੂਰੀ ਰੀਜ ਨਾਲ ਤਿਆਰ ਕੀਤਾ ਹਾਂਜੀ ਤੇ ਗਾਹ ਪਾਤਾ ਪੂਰਾ ਤੇ ਵਾਕਈ ਇਸ ਟਾਈਮ ਜੇ ਪੰਜਾਬ 'ਚ ਕੋਈ ਟ੍ਰੈਂਡਿੰਗ 'ਚ ਕੰਮ ਚੱਲ ਰਹੇ ਨੇ ਨਾ ਤੇ ਉਹ ਯਾਰ ਇੱਕ ਟਰੈਕਟਰ ਵਿੱਚ ਇਹਦਾ ਨਾਮ ਜ਼ਰੂਰ ਆਉਂਦਾ ਤੇ ਆਪਾਂ ਗੱਲ ਕਰਦੇ ਹਾਂ ਸਾਰੀ ਡਿਟੇਲ 'ਚ ਵੀਰੇ ਸਾਰਾ ਗੱਲ ਦੱਸਣਾ ਸਾਨੂੰ ਪ੍ਰਾਈਸ ਦੇ ਨਾਲ ਹਾਂਜੀ 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 ਤੇ ਆਓ ਜੀ ਆਪਾਂ ਸਟਾਰਟ ਕਰਦੇ ਹਾਂ ਫਰੰਟ ਸਾਈਡ ਤੋਂ ਪਹਿਲੇ ਦੇਖ ਸਕਦੇ ਆਪਾਂ ਇੱਥੇ ਜਿਹੜੀ ਲਾਈਟਸ ਲੱਗੀਆਂ ਨੇ ਉਸ ਤੋਂ ਬਾਅਦ ਧਾਕੜ ਨਾਮ ਦੀ ਬੈਚ ਨੂੰ ਦਿੱਤੀ ਜਿਹੜੀਆਂ ਲਾਈਟ ਇਹਦੇ ਵਿੱਚ ਲਾਈਟ ਵੀ ਜਗਦੀ ਹੈ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਨੀਚੇ ਆਉਣ ਨੂੰ ਵੀਰਾਂ ਨੂੰ ਕਹੂੰਗਾ ਦਿਖਾਣਗੇ ਇੱਥੇ ਪ੍ਰੈਸ਼ਰ ਹੋਰਨ ਲੱਗੇ ਆ ਬਹੁਤ ਅੱਛੀ ਜਗ੍ਹਾ ਤੇ ਪਲੇਸਮੈਂਟ ਦਿੱਤੀ ਗਈ ਹੈ ਸਾਊਂਡ ਵੀ ਪੂਰਾ ਵੱਜੂਗਾ ਤੇ ਅਗਲੇ ਵਾਲਾ ਤਾਂ ਬੰਦਾ ਡਰ ਵੀ ਜਾਏਗਾ ਇੱਕ ਵਾਰੀ ਜਦੋਂ ਵੱਜੇਗਾ ਆਪਾਂ ਪ੍ਰੈਸ਼ਰ ਹੋਰਨ ਦੀ ਵੀ ਆਵਾਜ਼ ਸੁਣਾਈਏ ਵੀਰੇ ਇੱਕ ਵਾਰੀ ਆਪਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਜਿਹੜੀ ਇਹ ਵੀਡੀਓ ਨਾ ਅੱਜ ਦੀ ਬਹੁਤ ਹੀ ਹੈਵੀ ਲੋਡਿਡ ਟਰੈਕਟਰ ਨਿਊ ਹੋਲੈਂਡ 36-30 ਤਿਆਰ ਹੈ ਔਰ ਤੁਸੀਂ ਇਦਾਂ ਦਾ ਤਿਆਰ ਨਹੀਂ ਦੇਖਿਆ ਹੋਵੇਗਾ ਉਹ ਡਿਫਰੈਂਟ ਤਰੀਕੇ ਨਾਲ ਤਿਆਰ ਹੈ ਤੇ ਜਿਹੜੇ ਆਪਾਂ ਸੁਣਦੇ ਆ ਹੁਣ ਪ੍ਰੈਸ਼ਰ ਹੋਰਨ ਦੀ ਆਵਾਜ਼ ਦਿਮਾਗ ਸੀਗਾ ਦੋਨਾਂ ਦਾ ਹੀ ਸੀਗਾ ਜੀ ਸਾਰੇ ਗਰੁੱਪ ਨੇ ਪੂਰਾ ਤਿਆਰ ਕੀਤਾ
ਕੀਤਾ ਧਾਕੜ ਗਰੁੱਪ ਨੇ ਤਿਆਰ ਕੀਤਾ ਆ ਕਹਿ ਰਹੀ ਹੈ ਹਨਾ ਸਾਰਿਆਂ ਤੋਂ ਅਲੱਗ ਕਰਨ ਦਾ ਹੀ ਸੋਚਿਆ ਤਾਂ ਕਰਕੇ ਸਲਾਹ ਬਣ ਗਈ ਤਾਂ ਨਹੀਂ ਇਹ ਪਹਿਲਾਂ ਹੋਇਆ ਜਿਹੜੇ ਸਮੋਕ ਕਰਕੇ ਟਰੈਕਟਰ ਦਾ ਕਲਰ ਹੀ ਚੇਂਜ ਕਰਤਾ ਨਹੀਂ ਤਾਂ ਲੋਕੀ ਟੇਪਿੰਗ ਕਰ ਦਿੰਦੇ ਆ ਫੁੱਲ ਜੈੱਟ ਬਲੈਕ ਕਰ ਦਿੰਦੇ ਆ ਬਹੁਤ ਕੁਛ ਕਰ ਦਿੰਦੇ ਆ ਬਟ ਓਰਿਜਨੈਲਿਟੀ ਵੀ ਰਹਿ ਗਈ ਤੇ ਸ਼ੇਡ ਵੀ ਚੇਂਜ ਹੋ ਗਿਆ ਨਾਲੇ ਸਾਰਿਆਂ ਤੋਂ ਅਲੱਗ ਹੋ ਗਿਆ ਨਾਲੇ ਸਾਰਿਆਂ ਤੋਂ ਅਲੱਗ ਹੋ ਗਿਆ ਜੀ ਵਾਕਈ ਬਹੁਤ ਸੋਹਣੀ ਗੱਲ ਆ ਉਸ ਤੋਂ ਬਾਅਦ ਰੋਡ ਤੇ ਡਾਊਨ ਸੀਲਿੰਗ ਬਹੁਤ ਹੀ ਸੋਹਣੀ ਜੇ ਮੈਂ ਕਹਾਂ ਵਿੱਚ ਇੱਕ ਗਨ ਬਣਾਈ ਗਈ ਆ ਉਹ ਬਣਾਈ ਗਈ ਆ ਪਬਜੀ ਵਾਲੀ AKM ਤੇ ਇਸ ਤੋਂ ਬਾਅਦ ਲੱਗਾ ਕੈਨੇਡਾ ਦੀ ਭਾਈ ਕੈਨੇਡਾ ਦਾ ਬੜਾ ਟੱਚ ਦਿੱਤਾ ਗਿਆ ਇੱਥੇ ਵੀ ਮੈਂ ਦੇਖ ਰਿਹਾ ਉੱਪਰ ਵੀ ਇਹਦੀ ਕੀ ਖਾਸ ਵਜ੍ਹਾ ਵੈਸੇ ਹੀ ਸਾਡੀ ਫੈਮਿਲੀ ਵੀ ਕੈਨੇਡਾ ਵਿੱਚ ਆ ਤੇ ਅਸੀਂ ਵੀ ਥੋੜਾ ਕੈਨੇਡਾ ਨੂੰ ਜ਼ਿਆਦਾ ਪਿਆਰ ਹੈ ਬਿਲਕੁਲ ਠੀਕ ਗੱਲ ਹੈ ਮੈਂ ਦੇਖ ਰਿਹਾ ਹਰ ਜਗ੍ਹਾ ਤੇ ਕੈਨੇਡਾ ਦੀ ਬੈਚਿੰਗ ਬਹੁਤ ਜ਼ਿਆਦਾ ਦਿੱਤੀ ਗਈ ਹੈ ਫਾਈਬਰ ਰੂਟ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਕਮੈਂਟ ਕਰਕੇ ਫਰੰਟ ਤੇ ਲੱਗੀ ਹੈ LED ਉਸ ਤੋਂ ਬਾਅਦ 뮤직 ਸਿਸਟਮ ਦੀ ਗੱਲ ਕਰ ਰਹੇ ਆ ਜੋ ਕਿ ਲੱਗਾ ਬਹੁਤ ਹੈਵੀ ਪਰ ਉਸ ਤੋਂ ਪਹਿਲੇ ਦੋ ਚੀਜ਼ਾਂ ਤੇ ਹੋਰ ਨਜ਼ਰ ਪੈ ਗਈ ਯਾਰ ਕ੍ਰੋਮ ਵਾਲੇ ਹੈਂਡਲ ਉਹ ਵੀ ਇੱਕ ਅਲੱਗ ਸ਼ੇਪ ਦੇ ਵਿੱਚ ਇਸ ਤੋਂ ਬਾਅਦ ਸਟੀਅਰਿੰਗ ਦੇਖ ਸਕਦੇ ਹੋ ਚੇਨ ਦੇ ਵਿੱਚ ਕ੍ਰੋਮ ਤਿਆਰ ਕੀਤਾ ਗਿਆ ਬਹੁਤ ਸੋਹਣਾ ਇਸ ਤੋਂ ਬਾਅਦ ਮੈਂ ਗੱਲ ਕਰਦਾ 뮤직 ਸਿਸਟਮ ਦੀ ਜਿੱਥੇ ਆਪਾਂ ਰੁੱਕ ਕੇ ਦੁਬਾਰਾ ਵਾਪਸ ਆਏ ਆ ਇਹ ਵੀ ਲੱਗਾ ਜੋਲ ਦੇ ਹਾਂਜੀ ਜੋਲ ਤੇ ਲੈ ਕੇ ਲੱਗਾ ਹਾਂਜੀ ਜੋਲ ਭਰਾ ਇਸ ਤੋਂ ਲੱਗਾ ਇਹਦੇ ਵਿੱਚ ਲੱਗੇ ਆ 6 ਸਬਵੂਫਰ 15 ਇੰਚ ਦੇ ਜਿਹਨੂੰ 16 ਇੰਚ ਵੀ ਲੋਕੀ ਕਹਿ ਦਿੰਦੇ ਆ ਬਟ ਆਪਾਂ ਐਕਚੁਅਲੀ 15 ਇੰਚ ਨੂੰ ਕਿਹਾ ਜਾਂਦਾ ਹਾਂਜੀ ਹਾਂਜੀ 15 ਇੰਚ ਦੇ 6 ਸਬਵੂਫਰ ਤੇ 28 ਲੱਗੇ ਆ ਸਪੀਕਰ ਕਮਾਲ ਹੈ ਯਾਰ ਵਾਕਈ ਅਲੱਗ ਚੀਜ਼ ਲੱਭ ਕੇ ਤੁਸੀਂ ਮੈਨੂੰ ਕਮੈਂਟ ਕੀਤਾ ਤੇ ਮੈਂ ਤੁਹਾਡੇ ਲਈ ਲੈ ਕੇ ਆਇਆ ਯਾਰ ਵੱਧ ਤੋਂ ਵੱਧ ਪਿਆਰ ਦਿਓ ਬਹੁਤ ਗਰਮੀ ਚ ਖੜੇ ਆ ਤੁਹਾਡੇ ਕਰਕੇ ਇਹ ਸਾਰੀ ਵੀਡੀਓ ਦੀ ਡਿਟੇਲ ਕਰ ਰਹੇ ਆ ਵੱਧ ਤੋਂ ਵੱਧ ਪਿਆਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮੈਂ ਤੁਹਾਨੂੰ ਇੱਕ ਵਾਰੀ ਸਪੀਕਰ ਗਨਾਨਾ ਤੇ ਸਾਰੇ ਸਬਵੂਫਰ ਗਨਾਨਾ ਵੀਰ ਨੂੰ ਕਹੂੰਗਾ ਥੋੜਾ ਜਿਹਾ ਇੱਧਰ ਆਏਗਾ 3 ਸਬਵੂਫਰ ਲੱਗੇ ਆ ਇਸ ਸਾਈਡ ਤੇ ਫਰੰਟ ਤੇ 3 ਲੱਗੇ ਆ ਬੈਕ ਸਾਈਡ ਤੇ ਨੀਚੇ 4 5 6 ਹੋ ਗਏ ਇਸ ਤੋਂ ਬਾਅਦ ਮੈਂ ਸਪੀਕਰ ਤੁਹਾਨੂੰ ਗਿਣਵਾ ਦਿੰਦਾ 2 2 4 2 6 6 ਲੱਗੇ ਆ ਇੱਧਰ 6 ਲੱਗੇ ਆ ਫਰੰਟ ਤੇ 6 ਹੀ ਲੱਗੇ ਆ ਦੂਸਰੀ ਸਾਈਡ ਤੇ 18 ਸਪੀਕਰ ਹੋ ਗਏ 18 ਹੋ ਗਏ ਮੈਂ ਪਹਿਲੇ ਗਲਤੀ ਨਾਲ ਭੁੱਲ ਗਿਆ ਮੈਂ ਪਹਿਲੇ 28 ਕਹਿ ਗਿਆ ਉਹਦੇ ਲਈ ਗੁਸਤਾਖੀ ਮਾਫ ਸਪੀਕਰ ਲੱਗੇ ਆ 18 6 ਸਬਵੂਫਰ ਤੇ 18 ਸਪੀਕਰ ਵੈਰੀ ਸੌਰੀ ਯਾਰ ਕਿ ਮੈਂ ਪਹਿਲੇ ਥੋੜੀ ਜਿਹੀ ਮਿਸਟੇਕ ਕਰ ਗਿਆ ਤੇ ਆਪਾਂ ਹੁਣ ਸੁਣਦੇ ਆ NCS ਦਾ 뮤직 ਤੇ 뮤직 ਇੰਜੋਏ ਕਰੀਓ ਤੇ ਦੱਸਿਓ ਜ਼ਰੂਰ ਕਿ ਤੁਹਾਨੂੰ ਕਿੱਦਾਂ ਦਾ ਲੱਗਾ ਪੰਜਾਬੀ ਗਾਣਾ ਸੁਣਨਾ ਹੈ ਕਰੇ ਸਾਡੀ ਇੰਸਟਾਗ੍ਰam ਆਈਡੀ ਹੈ modified_club2020 ਜਲਦੀ ਜਾ ਕੇ ਉੱਥੇ ਵੀ ਫੋਲੋ ਕਰ ਲਓ ਤੇ ਭਰਾ ਦੀ ਵੀ ਇੰਸਟਾਗ੍ਰam ਆਈਡੀ ਹੈ ਵੀਰੇ ਆਪਣੀ ਵੀ ਦੱਸਿਓ ਪਲੀਜ਼ ਹਾਂਜੀ ਵੀਰੇ ਆਪਣਾ ਧਾਕੜ ਗਰੁੱਪ ਆ ਧਾਕੜ ਵਾਲੇ ਜੱਟ ਕਹਿ ਦਿੰਦੇ ਸਾਰੇ ਉੱਥੇ ਆ ਕੇ ਫੋਲੋ ਕਰੋ ਸਾਰਿਆਂ ਨੂੰ ਧੰਨਵਾਦ ਇੰਸਟਾਗ੍ਰam ਤੇ ਆਈਡੀ ਦਾ ਨਾਮ ਕੀ ਹੈ ਧਾਕੜ ਵਾਲੇ ਜੱਟ ਧਾਕੜ ਵਾਲੇ ਜੱਟ ਉੱਥੇ ਜਾ ਕੇ ਫੋਲੋ ਕਰੋ ਟਰੈਕਟਰ ਦੀ ਸਾਰੀਆਂ ਨਵੀਆਂ ਨਵੀਆਂ ਵੀਡੀਓਜ਼ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਵੀ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਆਓ ਸੁਣੀਏ ਹੁਣ NCS ਦਾ 뮤직 ਤੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਜ਼ਰੂਰ ਦੱਸਿਓ ਤੁਸੀਂ ਵੀ ਕਮੈਂਟ ਕਰਕੇ ਤੁਹਾਡੇ ਕਮੈਂਟ ਦੀ ਹਮੇਸ਼ਾ ਵੇਟ ਰਹਿੰਦੀ ਹੈ ਤੇ ਯਾਰ ਤੁਹਾਡੀ ਡਿਮਾਂਡ ਤਾਂ ਸੀਗਾ ਨਿਊ ਹੋਲੈਂਡ 36 ਦੀ ਧਾਕੜ ਵਾਲਾ ਜਿਹੜਾ ਕਿ ਸਮੋਗੀ ਤਿਆਰ ਹੈ ਹੁਣ ਰੱਦੀ ਹੈ ਖਰਚਿਆਂ ਦੀ ਗੱਲ ਉਹ ਵੀ ਤੁਹਾਨੂੰ ਡਿਟੇਲ 'ਚ ਦੱਸਦੇ ਹਾਂ ਬਟ ਉਸ ਤੋਂ ਪਹਿਲੇ 2-3 ਕੰਮ ਹੋਰ ਨੇ ਫਿਰ ਸਾਰਾ ਇਕੱਠਾ ਖਰਚਾ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸਕਿਪ ਨਾ ਕਰਨਾ ਕਿਉਂਕਿ ਤੁਹਾਡੀ ਡਿਮਾਂਡ 'ਤੇ ਆ ਟਰੈਕਟਰ ਦਾ ਤੁਹਾਡੇ ਲਈ ਖਰਚਾ ਦੱਸਣਾ ਬਹੁਤ ਜ਼ਰੂਰੀ ਹੈ ਇੱਕ ਤਾਂ ਕ੍ਰੋਮ 'ਚ ਸਾਰਾ ਸਲੈਂਸਰ ਤਿਆਰ ਕੀਤਾ ਗਿਆ ਉੱਪਰ ਕ੍ਰੋਮ ਦੇ ਕਵਰ ਵੀ ਦਿੱਤਾ ਗਿਆ ਭਾਜੀ ਇਹ ਕ੍ਰੋਮ ਦਾ ਕਵਰ ਅਲੱਗ ਹੋਰ ਜ਼ਿਆਦਾ ਵਧੀਆ ਲੁੱਕ ਕਰ ਰਿਹਾ ਇਹਦੀ ਕੋਈ ਖਾਸ ਗੱਲ ਲੋਕੀ ਨੋਰਮਲੀ ਕ੍ਰੋਮ ਦਾ ਸਲੈਂਸਰ ਲਵਾ ਲੈਂਦੇ ਆ ਬਸ ਦੈਟਸ ਇਟ ਹਾਂਜੀ ਹਾਂ ਇਹ ਸਲੈਂਸਰ ਜਿਹੜੀ ਲੋਕੀ ਜ਼ਿਆਦਾ ਆ ਜਿਹੜੀਆਂ ਜਾਲੀਆਂ ਨੇ ਇਹ ਕ੍ਰੋਮ ਕਰਾਉਂਦੇ ਸੀਗੇ ਅਸੀਂ ਸਾਰਿਆਂ ਨੂੰ ਅਲੱਗ ਕਰਤਾ ਵੀ ਸਾਰਾ ਸਲੈਂਸਰ ਹੀ ਕਰਾ ਦਿੰਦੇ ਆ ਨਹੀਂ ਸਲੈਂਸਰ ਵੀ ਮੈਂ ਕ੍ਰੋਮ ਕਾਫੀ ਦੇਖਿਆ ਬਟ ਜਾਲ ਇਹ ਨਹੀਂ ਸੀਗਾ ਕਿ ਸਲੈਂਸਰ ਵੀ ਕ੍ਰੋਮ ਹੈ ਤੇ ਜਾਲੀਆਂ ਵੀ ਕ੍ਰੋਮ ਲਾ ਦਿੱਤੀਆਂ ਹੋਣ ਤੁਸੀਂ ਦੋਨੇ ਮਤਲਬ ਅਲੱਗ ਹੀ ਕਰਨਾ ਆਪਾਂ ਡਿਫਰੈਂਟ ਜਿਹਾ ਕੀਤਾ ਤੇ ਉਸ ਤੋਂ ਬਾਅਦ ਇੱਕ ਲੋਗੋ ਮੈਂ ਦੇਖ ਰਿਹਾ ਹੋਰ ਇਹ ਵੀ ਨਵੀਂ ਗਾਰਡ ਗੱਡੀ ਹਾਂਜੀ ਬਹੁਤ ਵਧੀਆ ਲੁੱਕ ਦੇ ਵਿੱਚ ਯਾਰ ਮਜ਼ਾ ਆ ਗਿਆ ਟਰੈਕਟਰ ਦੇਖ ਕੇ ਛੋਟੇ ਛੋਟੇ ਪਾਰਟ ਆ ਬਹੁਤ ਸੋਹਣੇ ਇੱਕ ਵਾਰੀ ਮੈਂ ਤੁਹਾਨੂੰ ਹੁਣ ਬੈਕ ਸਾਈਡ ਤੇ ਲਿਆ ਕੇ ਦਿਖਾਣਾ ਵੈਸੇ ਤੁਸੀਂ NCS ਦਾ 뮤직 ਜਦੋਂ ਸੁਣਿਆ ਹੋਏਗਾ ਤੁਸੀਂ ਦੇਖਿਆ ਵੀ ਹੋਏਗਾ ਤੇ ਗੌਰ ਵੀ ਕੀਤਾ ਹੋਏਗਾ ਕਿ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸੀਰੀਅਸਲੀ ਯਾਰ ਹੁਣ ਸਾਡੇ ਭਰਾਵਾਂ ਦਾ ਮਸਲਾ ਹੱਲ ਬਹੁਤ ਜਲਦੀ ਹੋ ਜਾਣਾ ਚਾਹੀਦਾ ਯਾਰ ਕਿਉਂਕਿ ਬਹੁਤ ਦੇਰ ਹੋ ਗਈ ਉਹਨਾਂ ਨੂੰ ਸਟਰਗਲ ਕਰਦੇ ਆ ਤੇ ਇੱਕ ਆਪਣੀ ਅਪੀਲ ਨੂੰ ਲੈ ਕੇ ਚੱਲਦੇ ਆ ਤੇ ਇਹਨੂੰ ਵੀਰ ਨੇ ਨਾ ਸਪੈਸ਼ਲ ਸਾਰੀ ਲਾਈਟਿੰਗ ਦੇ ਨਾਲ ਜਗਮਗ ਕੀਤਾ
ਹੁਣ ਥੋੜੀ ਜਿਹੀ ਧੁੱਪ ਦਾ ਟਾਈਮ ਹੈ, ਬ੍ਰਾਈਟਨੈਸ ਇੰਨੀ ਜ਼ਿਆਦਾ ਤੁਹਾਨੂੰ ਨਹੀਂ ਆਊਗੀ, ਪਰ ਰਾਤ ਵੇਲੇ ਪੂਰਾ ਜਗਮਗ ਕਰਦਾ ਕਿਉਂਕਿ ਸਾਡਾ ਇਸ ਟਾਈਮ ਤੇ ਪ੍ਰਾਇਓਰਿਟੀ ਦੇ ਮੇਨ ਟਾਰਗੇਟ ਹੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਤੇ ਯਾਰ ਖਰਚੇ ਦੀ ਵਾਰੀ ਆਉਂਦੀ ਹੈ ਭਾਜੀ, ਆਪਣਾ ਮਿਊਜ਼ਿਕ ਸਿਸਟਮ ਤੇ ਕਿੰਨੇ ਪੈਸੇ ਲੱਗੇ? 85,000 ਦਾ ਲੱਗੇ। 85,000 ਦਾ ਬਹੁਤ ਬੰਬ ਪੈਦਾ ਯਾਰ, ਮਜ਼ਾ ਆ ਗਿਆ, ਪੈਸੇ ਪੂਰੇ ਹੈ, ਪੂਰੇ ਵਸੂਲ ਹੈ ਪੈਸੇ। ਤੇ ਯਾਰ ਉੱਕਾ ਮੁੱਕਾ ਟਰੈਕਟਰ ਦੇ ਟੋਟਲ ਖਰਚਾ ਕਿੰਨੀ ਹੈ, ਕਿੰਨੇ ਲੱਗੇ? ਸਪਿਨਰ ਪਾ ਕੇ, ਸਾਰਾ ਕਰੋਮ ਅਸੈਸਰੀ ਪਾ ਕੇ, ਟਾਇਰ ਪਾ ਕੇ? ਵੀਰੇ ਹੁਣ ਤੱਕ 3,00,000 ਤੋਂ ਉੱਪਰ ਆ ਗਿਆ ਸਰ। 3,00,000 ਰੁਪਇਆ ਲੱਗ ਜਾਂਦਾ? ਹਾਂਜੀ ਹਾਂਜੀ, ਉੱਪਰ ਹੀ ਆ ਗਿਆ 3,00,000। ਤੇ ਯਾਰ ਇਹ ਸੀਗੀ ਅੱਜ ਦੀ ਸਾਰੀ ਇਨਫੋਰਮੇਸ਼ਨ, ਅੱਜ ਕਰਦੇ ਹਾਂ ਇੱਥੇ ਹੀ ਖਤਮ, ਤੇ ਕੱਲ ਕਰਾਂਗੇ ਇੱਕ ਨਵੀਂ ਵੀਡੀਓ ਦੇ ਨਾਲ, ਫਿਰ ਨਵੀਂ ਸ਼ੁਰੂਆਤ। ਆਪਣਾ ਪਿਆਰ ਦੇ ਕੇ ਜਾਣਾ ਜ਼ਰੂਰ, ਸਬਸਕ੍ਰਾਈਬ ਕਰਕੇ ਦੋਨਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ। ਥੈਂਕ ਯੂ ਸੋ ਮਚ, ਟੇਕ ਕੇਅਰ, ਗੁੱਡ ਬਾਏ।